ਮੰਨਣਾ ਇਮਾਨਦਾਰੀ ਉੱਥੇ ਵੀ ਹੈ ਧੋਖੇ ਨਾਲ ਨਿਵਾਰਨਾ। ਦੇਵੀ ਕਹਿੰਦੇ ਉੱਤੇ ਉਹ ਵੀ ਦੇਖਦੇ ਨੇ ਨਹੀਂ ਇਮਾਨਦਾਰੀ ਨਹੀਂ ਛੱਡਣੀ ਹੈ, ਕਲੰਕ ਨਹੀਂ ਲਾਉਣ ਹੈ ਬਾਅਦ ਦੇ ਵਿੱਚ। ਮਹਾਭਾਰਤ ਦੇ ਵਿੱਚ ਦੋ ਤਿੰਨ ਇਹਨਾਂ ਨੇ ਕੇਸ ਕਰਤੇ ਕ੍ਰਿਸ਼ਨ ਨੇ, ਉਹ ਮਾਰਤਾ ਕਲੰਕ ਲਵਾ ਲਿਆ, ਕਰਨ ਨੂੰ ਮਰਵਾਤਾ ਉਹਦਾ ਰਸ ਫਸ ਗਿਆ ਸੀ, ਮਰਵਾਤਾ ਕਲੰਕ ਨਹੀਂ ਹੈ, ਕਲੰਕ ਹੈ ਉਹ ਲੱਗਿਆ। ਇਮਾਨਦਾਰੀ ਨਹੀਂ ਰਹੀ, ਇਮਾਨਦਾਰੀ ਨਹੀਂ ਰਹੀ, ਇੱਕ ਛੋਟੀ ਜਿਹੀ ਗੱਲ ਤੇ ਕਲੰਕ ਲੱਗ ਜਾਂਦਾ, ਉਹ ਜਿੱਤੇ ਜਿੱਤੇ ਨਹੀਂ ਮੰਨਦੇ ਸਿਆਣਿਆਂ ਨੂੰ, ਕਲੰਕ ਲੱਗ ਗਿਆ ਤਾਂ ਤੁਹਾਨੂੰ ਯੁੱਧ ਕਲੰਕਤ ਹੋ ਜਾਂਦਾ, ਆਦਮੀ ਕਲੰਕਤ ਹੋ ਜਾਂਦਾ। ਹੁਣ ਉਹਨਾਂ ਨੇ ਪਿਛੋਂ ਅਮਲਾ ਕਰਤਾ ਆਪਣੇ, ਕਲੰਕਤ ਹੋ ਗਏ ਸਾਰੇ ਭਾਈਦਾਰੀ ਰਾਜੇ, ਸਾਰੇ ਕਲੰਕਤ ਹੋ ਗਏ, ਬੋਲਦੇ ਨੀ ਹੁਣ, ਚੁੱਪ ਕੀਤੇ ਨੇ, ਕਦ ਨੀ ਬੋਲਦੇ, ਧੋਖਾ ਕੀਤਾ ਨਾ, ਬੋਲੂ ਕੀ। ਬਾਅਦ ਦੇ ਵਿੱਚ ਜਦ ਖਾਲਸੇ ਦਾ ਰਾਜ ਹੋਇਆ, ਲੜੇ ਨੀ ਸਰੈਂਡਰ ਹੋਈ ਕਰਕੇ, ਇਹਨੇ ਮੰਨ ਲਈ ਬਾਈਦਾਰੀ ਖਾਲਸੇ ਦੀ, ਕਿਤੇ ਜੰਗ ਹੋਇਆ ਦੱਸਿਆ ਬਾਅਦ ਚ, ਬਾਅਦ ਚ ਸਿਮਲੇ ਦੇ ਸਾਰੇ ਪਹਾੜ ਜੇ ਉਹਦੇ ਰਾਜ ਸੀ ਖਾਲਸੇ ਦਾ ਹੀ ਸੀ, ਇਹਨੇ ਮੰਨ ਲਈ ਹੋਈ, ਇੰਨੇ ਡਰਪੋਕ ਸੀ, ਲੜਾਈ ਹੋਈ ਮੁਸਲਮਾਨਾਂ ਨਾਲ ਹੋਈ ਹੈ, ਇਹਨਾਂ ਨੂੰ ਤਾਂ ਹੋਈ ਹੋ ਨੀ, ਜਿਹੜਾ ਆਦਮੀ ਕਾਇਰ ਹੁੰਦਾ ਈਨ ਵੀ ਬੜੀ ਛੇਤੀ, ਪਹਿਲਾਂ ਉਹਨਾਂ ਦੀ ਈਨ ਮੰਨੀ ਸੀ ਮੁਸਲਮਾਨਾਂ ਦੀ, ਲੜੇ ਤਾਂ ਉਹਨਾਂ ਨਾਲ ਲੜੀ ਹੈ, ਜਿਹੜੇ ਆਦਮੀ ਈਨ ਵੱਲ ਲੜੀ ਉਹਦਾ ਕੀ ਹੈ, ਇਹਨਾਂ ਨੂੰ ਬਣਾ ਰਹੇ ਤੇ ਉਮਰ ਤੇ ਛਕਾ ਕੇ ਪਾਣ ਦੇ ਰਹੇ ਤੇ, ਪਰ ਪਾਣ ਲੋਹਾ ਵੀ ਤਾਂ ਵਧੀਆ ਚਾਹੀਦਾ ਨਾ, ਉਹ ਲੋਹਾ ਨੀ ਸੀ ਕੰਮ ਦਾ, ਪਾਣ ਚੜ੍ਹਦੀ ਕਿਹਨੂੰ, ਐਕਸੈਪਟ ਨੀ ਕੀਤੀ ਪਾਣ, ਦੁੱਪੜ ਸੀ ਨਾ ਲੋਹਾ, ਇੱਕ ਦੁੱਪੜ ਲੋਹਾ ਹੁੰਦਾ, ਜਿਹੜੇ ਲੋਹੇ ਦਾ ਕੰਮ ਕਰਦਾ ਉਹਨੂੰ ਪਤਾ ਹੁੰਦਾ, ਉਹਦਾ ਕੁਛ ਵੀ ਨੀ ਬਣਦਾ ਦੁੱਪੜ ਲੋਹੇ ਦਾ, ਇਹ ਦੁੱਪੜ ਲੋਹਾ ਸੀ ਨਾ, ਤੇ ਚਿੱਟੀ ਵਾਲੇ ਦੁੱਪੜ ਲੋਹਾ ਹੁੰਦਾ, ਉਹਦਾ ਕੁਛ ਬਣਾ ਲਓ ਫੜ ਜਾਣਾ, ਬਸ ਫੜ ਜਾਣਾ ਉਹਨੇ, ਇਹ ਦੁੱਪੜ ਲੋਹਾ ਸੀ, ਪਾਣ ਕਿੱਥੇ ਚੜ੍ਹਦੀ, ਦੁੱਪੜ ਲੋਹੇ ਦਾ ਤਾਂ ਖੁਰਪਾ ਵੀ ਨੀ ਬਣਦਾ, ਤਲਵਾਰ ਦਾ ਕੀ ਬਣ ਰਹੀ ਹੈ, ਉਹਨੇ ਦੀ ਤਲਵਾਰ ਬਣਾਉਣੀ ਚਾਹੁੰਦੇ ਸੀ, ਉਹਦਾ ਕਈ ਕੁਆਡੀ ਵੀ ਨੀ ਬਣਦੀ ਉਹਦੀ ਤਾਂ, ਉਹਦੇ ਫੜ ਜਾਣੇ ਬਾਅਦ ਚ, ਲੋਹਾ ਨੀ ਸੀ ਚੰਗਾ, ਰਾਜਪੂਤਾਂ ਦਾ ਲੋਹਾ ਵੀ ਨੀ ਵਧੀਆ ਨਿਕਲਿਆ ਬਾਅਦ ਦੇ ਵਿੱਚ, ਸਿੱਖੀ ਚ ਰਾਜਪੂਤ ਨੀ ਸ਼ਾਮਿਲ ਹੋਏ, ਸਿੱਖੀ ਮੋਢਿਆਂ ਤੇ ਜੱਟਾਂ ਦੇ ਰਹੀ ਹੈ, ਫਿਰ ਜ਼ਿਆਦਾ ਜ਼ਿਆਦਾ ਤਾਦਾਦ ਚ ਜੱਟ ਸੀ, ਬਾਕੀ ਵੀ ਸੀ ਸਾਰੇ, ਪਰ ਇਸ ਏਰੀਏ ਦੇ ਸੀ ਆਪਣੇ ਮਾਲਵੇ ਦੇ ਜ਼ਿਆਦਾ, ਮਾਝਾ ਦੁਆਬਾ, ਦੁਆਬੇ ਚੋਂ ਘੱਟ ਨੇ, ਚੱਲ ਦੁਆਬੇ ਜਿੰਨੀ ਕੁ ਆਬਾਦੀ ਹੈ, ਪਰ ਆਹੀ ਏਰੀਏ ਨਾ ਰਾਜਪੂਤ ਬਾਈਦਾਰੀ ਰਾਜਪੂਤ ਨੇ ਸਾਰੇ ਰਾਜੇ, ਰਾਜਪੂਤ ਤਾਂ ਹੁਣ ਵੀ ਵਿਰੋਧੀ ਰਹੇ ਨੇ, ਰਾਜਪੂਤ ਸੀ ਨਾ ਇੱਥੇ ਵਾਲਾ, ਰੰਡੇ ਅਕਸਰ ਨਾਲ ਲੜਿਆ ਸੀ ਸਾਡੇ, ਕੀ ਹੈ ਪਿੰਡ ਕਕਰਾਲਿਆਂ ਦੇ ਨਾਲ ਲੱਗਦਾ ਇਹਨਾਂ ਦਾ, ਫੇਡੋ ਫੇਡੋ ਰਾਜਪੂਤਾਂ ਦੀ ਸੀ, ਲੜ ਪਿਆ ਸੀਗਾ ਉਹ ਸਿੰਘ, ਕਹਿੰਦਾ ਮੈਂ ਆਪਣੇ ਖੇਚ ਨੀ ਲੰਘਣ ਦਿੰਦਾ, ਸਾਡੇ ਸਿੰਘ ਜਟਾਣਿਆਂ ਦਾ, ਉਹ ਕਹਿੰਦਾ ਮੈਂ ਲੰਘੂਗਾ ਨਾ ਲੰਘਦਾ, ਇਹਨਾਂ ਵੱਟਾ ਢਾਉਂਦਾ ਜਾਂਦਾ ਸੀ, ਲੋਕ ਕਹਿੰਦੇ ਲੰਘਣ ਨੀ ਦਿੰਦਾ, ਕਹਿੰਦਾ ਲੰਘਣ ਕਿਵੇਂ ਨੀ ਦਿੰਦਾ, ਉਹਨੇ ਦੇਖੋ ਆ ਗਿਆ, ਉਹ ਕਹਿੰਦਾ ਕਿੱਦਾਂ ਨੀ ਜਾਂਦਾ, ਨਰਮਾ ਬੀਜਿਆ ਹੋਇਆ ਸੀ ਉਹਨਾਂ ਦਾ, ਉਹ ਆ ਗਿਆ ਪਿਸਤੌਲ ਲੈ ਕੇ ਆ ਗਿਆ, ਵਿਗੜਿਆ ਸੀ ਰਾਜਪੂਤ, ਉਹ ਪਹਿਲਾਂ ਠੀਕ ਆ ਖੜ ਗਿਆ, ਉਹ ਜਡਾਣੇ ਨੇ ਜਡਾਣੇ ਦਾ ਸੀਗਾ, ਸਾਡੇ ਤਾਂ ਆਉਂਦਾ ਹੀ ਜਾਂਦਾ ਰੋਜ਼ ਆ ਰਹਿੰਦਾ ਸੀ, ਜੈਮਨ ਸਿੰਘ ਸੀ ਨਾ ਉਹਦਾ, ਕਿਲੋ ਤੇਲ ਪੀ ਜਾਂਦਾ ਸੀ ਸਰੋਂ ਦਾ, ਅੜਿਆ ਨਾ ਤੇਲ ਵਾਲੇ ਆਉਂਦੇ ਨੀ ਸ਼ਨੀਵਾਰ ਵਾਲੇ, ਉਹ ਕਹਿੰਦਾ ਕੀ ਹੈ, ਕਹਿੰਦਾ ਲੈ ਮੈਨੂੰ ਦੇ, ਕਹਿੰਦਾ ਸ਼ਨੀਦੇਵ ਦਾ ਤੇਲ ਹੈ ਦੇਖ ਲੈ, ਕਹਿੰਦਾ ਸ਼ਨੀਦੇਵ ਨੂੰ ਕੱਢ ਲੈ ਆਪਣੇ ਵਿੱਚ, ਤਾਂ ਨੀ ਮੈਂ ਪੀਣਾ ਤੇਲ, ਪੀ ਜਾਣਾ ਫਿਰ ਸ਼ਨੀਦੇਵ ਨੂੰ ਦੇਖ ਲੂੰਗਾ, ਇਹਨੂੰ ਵੀ ਚੱਠ ਲੂ ਬਾਅਦ ਚ, ਕਿਲੋ ਹੀ ਤੇਲ ਪੀ ਗਿਆ, ਕਹਿੰਦਾ ਲੈ ਜਾ ਸ਼ਨੀਦੇਵ ਨੂੰ, ਮੈਨੂੰ ਦੇਖੂ ਕੀ ਹੋ ਗਿਆ,
ਉਹਨੂੰ ਦੇਖ ਕੇ ਚਲੀ ਦੇ ਵਾਲੇ ਪਾਸੇ ਹੋ ਜਾਂਦੇ ਤੇ ਵੀ ਫਿਰ ਪੀਜੂ ਸਾਡਾ ਸੰਗਤ ਸੀ ਸਾਡੇ ਨਾਲ ਸਾਨੂੰ ਕਹਿੰਦੀ ਕੀ ਲੱਗਦਾ ਕਹਿੰਦਾ ਜਿੱਥੇ ਗੋਲੀ ਮਾਰੇਗਾ ਉੱਥੇ ਵਰਸ਼ਾ ਮਾਰੂਗਾ ਪਹਿਲਾ ਵਾਰ ਪਰ ਤੇਰਾ ਹੁਣ ਉਹਨੂੰ ਵੀ ਪਤਾ ਸੀ ਜੇ ਤਾਂ ਗੋਲੀ ਮੈਂ ਉੱਥੇ ਮਾਰਤੀ 302 ਲੱਗ ਜਾਣੀ ਹੈ ਇਹ 307 ਲੱਗੂਗੀ ਲੱਗ ਤਾਂ ਥੱਲੇ ਗੋਲੀ ਮਾਰੀ ਹੈ 325 ਲੱਗਦੀ ਹੈ 307 ਨਹੀਂ ਲੱਗਦੀ ਉਹਨੇ ਪੱਟ ਜਿਹਨੂੰ ਗੋਲੀ ਮਾਰੀ ਉਹਨੇ ਛਾਲ ਮਾਰਤੀ ਛਾਲ ਮਾਰਦਾ ਸੀ ਤਕੜੀ ਉਹ ਗੋਲੀ ਉਹਦੇ ਇੱਥੇ ਕੁ ਲੱਗੀ ਗੋਡੇ ਤੋਂ ਥੱਲੇ ਉਹਨੇ ਵਰਸ਼ਾ ਮਾਰਿਆ ਵਗਾ ਕੇ ਉਹਦੇ ਇੱਥੇ ਲੱਗਿਆ ਉਹਦੇ ਵੀ ਪਿੰਨ ਐ ਵਰਸ਼ਾ ਨਹੀਂ ਖੜਾ ਸੀ ਉਹਨੇ ਗੋਲੀ ਮਾਰਤੀ ਛਾਲ ਮਾਰ ਕੇ ਉਹਨੇ ਵਰਸ਼ਾ ਮਾਰਤਾ ਉਹਦੇ ਇੱਥੇ ਦੀ ਕੱਢਤਾ ਵਰਸ਼ਾ ਉਹ ਇੱਧਰ ਡੇ ਪਿਓ ਇੱਧਰ ਡੇ ਪਿਓ ਇਹਨੇ ਉੱਥੋਂ ਉਹਦੇ ਬੰਦੇ ਆ ਗਏ ਉਹਨਾਂ ਨੇ ਉਹਦੇ ਪੰਥਰ ਤੋਂ ਹੋਰ ਠੋਕਤੀ ਸਾਡੇ ਨੇ ਅਕਸਰ ਉਹਦੇ ਉਹ ਉੱਠ ਖੜਿਆ ਤਲਵਾਰ ਕੱਢ ਲਈ ਉਹਨੇ ਉੱਠ ਕੇ ਗੋਲੀ ਲੱਗੀ ਦੇ ਬਾਅਦ ਵੀ ਉਹ ਵਰਸ਼ਾ ਵਿੱਚੋਂ ਨਿਕਲੇ ਤਾਂ ਉੱਠੇ ਉਹ ਖੈਰ ਉਹ ਲੈ ਕੇ ਥਾਣੇ ਆ ਗਏ ਪਰਚਾ ਹੋ ਗਿਆ ਉਹ ਸਾਨੂੰ ਪਤਾ ਲੱਗ ਗਿਆ ਬੁੱਢੇ ਦਾ ਪਤਾ ਲੱਗ ਗਿਆ ਮੈਨੂੰ ਜਹਿਦਾਰ ਕਹਿੰਦੇ ਵੀ ਜਾ ਥਾਣੇਦਾਰ ਨੂੰ ਕਹਿੰਦੇ ਜਾ ਕੇ ਇਹ ਜਿਉਂਦਾ ਸੀ ਨਾ ਆਪਣਾ ਗੈਰੀ ਜੈਲ ਸਿੰਘ ਤਾਂ ਬਾਅਦ ਚ ਜੰਮੇ ਪ੍ਰਤਾਪ ਸਿੰਘ ਕਹਿਰੋ ਜੀਵਨੇ ਸਿੰਘ ਸੀ ਨਾ ਉਹ ਜਾ ਅਸੀਂ ਜਾ ਕੇ ਕਿਹਾ ਥਾਣੇਦਾਰ ਨੂੰ ਜਾਣਦਾ ਹੀ ਸੀਗਾ ਉਹ ਕਹੇ ਪਰਚਾ ਕਰੋ ਕਹਿੰਦੇ ਮੈਂ ਕਰਦਾ ਨੀ ਮੈਂ ਦੋਵਾਂ ਤੇ ਕਰੂੰਗਾ ਗੋਲੀ ਤੈਂ ਚਲਾਈਏ ਗੋਲੀ ਚਲਾਈਏ ਤੇਰੇ ਖੇਚੀ ਨੂੰ ਲੰਘਿਆ ਜਾਂਦਾ ਸੀ ਤੇਰੇ ਹਮਲਾ ਤਾਂ ਨੀ ਕੀਤਾ ਇਹਨੇ ਤੂੰ ਉੱਥੋਂ ਆਇਆ ਭੱਜ ਕੇ ਮੌਕਾ ਦੇਖਿਆ ਉਹਨੇ ਜਾ ਕੇ ਖੇਚੀ ਲੰਘਿਆ ਜਾਂਦਾ ਸੀ ਖੇਚੀ ਲੰਘਣਾ ਪਾਪ ਨਹੀਂ ਹੈ ਤੂੰ ਗੋਲੀ ਨਹੀਂ ਚਲਾ ਸਕਦਾ ਗੈਰ ਕਾਨੂੰਨੀ ਗੱਲ ਹੈ ਖੇਚੀ ਲੰਘਣ ਤੇ ਕੋਈ ਹਟਾ ਨਹੀਂ ਸਕਦਾ ਜਮੀਨ ਸਰਕਾਰ ਦੀ ਹੈ ਜਮੀਨ ਸਰਕਾਰ ਦੀ ਅਸਲੀ ਸਰਕਾਰ ਦੀ ਜਮੀਨ ਅਸੀਂ ਮਾਮਲਾ ਦਿੰਦੇ ਹਾਂ ਖੇਚੀ ਲੰਘਣ ਤੇ ਨਹੀਂ ਹਟਾ ਸਕਦੇ ਕਿਸੇ ਨੂੰ ਅਰੇ ਇੰਨਾ ਬੜਾ ਜੁਰਮ ਨਹੀਂ ਹੈਗਾ ਖੇਤ ਚ ਲੰਘਣਾ ਕਿ ਤੁਸੀਂ ਉੱਥੇ ਗੋਲੀ ਚਲਾ ਚਲਾ ਐਡਾ ਬੜਾ ਪਾਪ ਨਹੀਂ ਹੈ ਐਡਾ ਬੜਾ ਨੁਕਸਾਨ ਨਹੀਂ ਸੀ ਤੇਰਾ ਤੂੰ ਗੋਲੀ ਚਲਾ ਦਿੰਦੇ ਨਾਲੇ ਤਾਂ ਪਿਸਤੌਲ ਲੈ ਲਿਆ ਉਹਦਾ ਨਾਲੇ ਦੋਹਾਂ ਤੇ ਕੇਸ ਬਣਾਤਾ ਉੱਥੇ ਦੋਵੇਂ ਪਏ ਸਮਰਾਲੇ ਸਮਰਾਲੇ ਉਹਨੇ ਪਾ ਤਾ ਉਹ ਕਹੇ ਬਈ ਮੈਨੂੰ ਪਰਲੇ ਪਾਸੇ ਪਾਓ ਮੈਨੂੰ ਮਾਰ ਦੂਗਾ ਇਹ ਬੜਾ ਇਹਦਾ ਭਲਵਾਨ ਸੀ ਬਣਿਆ ਹੋਇਆ ਚੜਿਆ ਹੋਇਆ ਮੈਨੂੰ ਇਹਨੇ ਵੱਢ ਦੇਣਾ ਉੱਠ ਕੇ ਉਹ ਤਲਵਾਰ ਨਾਲ ਦੇਵੇ ਤਲਵਾਰ ਨਹੀਂ ਮੈਂ ਦੇਣੀ ਸਰਾਣੇ ਰੱਖੂਗਾ ਆਪਣੇ ਬੜੀ ਉਹ ਥਾਣੇਦਾਰ ਪੁਲਿਸ ਵਾਲੇ ਕਿਵੇਂ ਲੈਣ ਤਲਵਾਰ ਕਹਿੰਦਾ ਨਾ ਨੇੜੇ ਆਓ ਪੁਲਿਸ ਵਾਲੇ ਨੂੰ ਕਹਿੰਦਾ ਤਲਵਾਰ ਕਹਿੰਦਾ ਵੱਢ ਕੇ ਰੱਖ ਦੂੰਗਾ ਮੈਂ ਤਲਵਾਰ ਤੁਸੀਂ ਮੇਰੀ ਕਿਵੇਂ ਲੈ ਲਓਗੇ ਸੀ ਗਾਰਡ ਬੈਠਾ ਉਹ ਕਹਿੰਦਾ ਬਾਬਾ ਰੱਖ ਲੈ ਸਰਾਣੇ ਤੈਨੂੰ ਕੋਈ ਨੀ ਕੁਛ ਕਹਿੰਦਾ ਅਸੀਂ ਕਹਿੰਦਾ ਰੱਖ ਲੈਣ ਤੋਂ ਕੋਈ ਨੀ ਅਸੀਂ ਕੋਲ ਕੁਛ ਨੀ ਹੁੰਦਾ ਉਹ ਉੱਧਰ ਪੈਂਦਾ ਨੀ ਸੀ ਬਾਅਦ ਚ ਉਹਦਾ ਪਰਛਾਵਾਂ ਨੀ ਸੀ ਚੱਲਦਾ ਇਹ ਸਾਰੇ ਵਿਰੋਧੀ ਸੀ ਅੰਦਰੋਂ ਅਸੀਂ ਸਾਰਿਆਂ ਨੂੰ ਜਾਣਦੇ ਹਾਂ ਮਹਾਂਭੂਤ ਨਾਚੰ ਰਸਨ ਰੁਦਰ ਰਾਚੰ ਮਹਾਂਭੂਤ ਨਾਚੰ ਰਸਨ ਰੁਦਰ ਨਾਚੰ ਜਿਹੜੇ ਗੱਲਾਂ ਕਰਦੇ ਨੇ ਗੱਸ ਕਰਦੀ ਸੁੱਖਾ ਪੀਣ ਵਾਲੇ ਇਹੋ ਜਿਹੇ ਹੁੰਦੇ ਨੇ ਉਹ ਸੁੱਖਾ ਪੀਣ ਵਾਲੇ ਇਹ ਕਰ ਲੈਣਗੇ ਗੱਲ ਗੋਲੀ ਲੱਗੀ ਤੇ ਉੱਠ ਕੱਢਣਗੇ ਕੁਛ ਕਰਕੇ ਕੀਤਾ ਹੋਇਆ ਐਵੇਂ ਅਸੀਂ ਮੈਂ ਵੀ ਇਹ ਵਾਲੀਆਂ ਪੈਂਟਾਂ ਕਰ ਮੇਰੀਆਂ ਵੀ ਪਾਈਆਂ ਹੋਈਆਂ ਨੇ ਮੈਂ ਦੇਖ ਕੇ ਹੀ ਹੋਇਆ ਇੱਧਰ ਐਵੇਂ ਨਹੀਂ ਹੋਇਆ ਪਲੇ ਭੂਤ ਨਾਚੰ ਰਸੰਗ ਰੁਦਰ ਰਾਚੰ ਪਲੇ ਭੂਤ ਨਾਚੰ ਉਹ ਤਾਂ ਭੂਤ ਬਣ ਕੇ ਨੱਚਦੇ ਨੇ ਯਾਨੀ ਸਰੀਰ ਦੀ ਤਾਂ ਪਰਵਾਹ ਨਹੀਂ ਸਰੀਰ ਛੱਡ ਜਾਣਾ ਹੁਣ ਛੱਡ ਗਿਆ ਭੂਤ ਬਣ ਗਿਆ ਉਹ ਤਾਂ ਮਨ ਨੂੰ ਫਿਰਦੇ ਨੇ ਸਾਰੇ ਸਾਰੇ ਜੰਗ ਨੂੰ ਜਾਂਦਾ ਮਨ ਨੂੰ ਜਾਂਦਾ ਹੋਰ ਕਾਸ ਨੂੰ ਜਾਂਦਾ ਜਿਹੜੇ ਸਰੀਰ ਕਰ ਰਹੇ ਨੱਚਦੇ ਨੇ ਆਪਣੇ ਆਪ ਨੂੰ ਭੂਤ ਸਮਝ ਕੇ ਨੱਚਦੇ ਨੇ ਸਰੀਰ ਹੈ ਹੀ ਨਹੀਂ ਉਹਨਾਂ ਦੇ ਨਾਲ ਮਰਦਾ ਹੀ ਨਹੀਂ ਹੁਣ ਰਸੰਗ ਰੁਦਰ ਰਾਜੰ ਰੁਦਰ ਰਸ ਦੇ ਵਿੱਚ ਨੇ ਨਾ ਬਹੁਤ ਹੀ ਤਾਂ ਪ੍ਰਵਾਹ ਕਿਸੇ ਨੂੰ ਨਹੀਂ ਹੈ ਭਿੜੇ ਬੈਰ ਰੁਝੇ ਮਹਾ ਜੋਤ ਜੁਝੇ ਭਿੜੇ ਬੈਰ ਰੁਝੇ ਜਿਹੜੇ ਬੈਰ ਵਿਰੋਧ ਨਾਲ ਭਿੜੇ ਨੇ ਨਾ ਉਹ ਸਾਰੇ ਜੁਝ ਗਏ ਬੈਰ ਵਿਰੋਧ ਨਾਲ ਰੁਝ ਗਏ ਜਿਹੜੇ ਭਿੜੇ ਨੇ ਉਹ ਸਭ ਮਾਰੇ ਗਏ ਮਹਾਜੋਤ ਜੁਝੇ ਮਹਾਜੋਤ ਸਾਰੇ ਮਾਰੇ ਗਏ ਜਿਨ੍ਹਾਂ ਨੇ ਇੱਕ ਤਾਂ ਮਰੂ ਹੈ ਲੋਹਾਂ ਚੋਂ ਜਦ ਹਟਣਾ ਹੀ ਨੀ ਉਹਨਾਂ ਚਿਰ ਜਿੰਨਾ ਚਿਰ ਇੱਕ ਮਰਦਾ ਨੀ ਡਿੱਗਦਾ ਨੀ ਜਿਹੜੇ ਦੋ ਬੈਰ ਵਿਰੋਧ ਕਰਕੇ ਭਿੜ ਗਏ ਉਹਨਾਂ ਚੋਂ ਫਿਰ ਇੱਕ ਡਿੱਗ ਪਿਆ ਫਿਰ ਇਹ ਗੱਲ ਬਣੀ ਹੈ ਜਾਂ ਦੋਏ ਡਿੱਗ ਪਿਆ ਇੱਕ ਡਿੱਗ ਪਿਆ
ਝੰਡਾ ਗੱਡ ਗਾਡੇ ਕਿਉਂਕਿ ਝੰਡਾ ਗੱਡ ਕੇ ਲੜੇ ਨੇ ਉਹ ਪੈਰ ਕੱਢ ਕੇ ਲੜੇ ਨੇ ਪਿੱਛੇ ਤਾਂ ਹਟਿਆ ਹੀ ਨੀ ਨਾ ਕੋਈ ਕੋਈ ਹਟਦਾ ਪਿੱਛੇ ਹਟ ਜਾਂਦਾ ਭੱਜ ਜਾਂਦਾ ਸ਼ਾਇਦ ਵੱਜ ਜਾਂਦੇ ਉਹ ਦੋਹਾਂ ਚੋ ਦੋਵੇਂ ਮਰਨਗੇ ਨਹੀਂ ਤਾਂ ਦੂਏ ਦੇ ਫੱਟ ਤਾਂ ਦੂਏ ਦੇ ਵੀ ਲੱਗਣਗੇ ਹੀ ਇੱਕੋ ਜਿਹੇ ਜੋ ਝੰਡਾ ਗੱਡ ਗਾਡੇ ਵਜੇ ਬੈਰ ਵਾਢੇ ਵਜੇ ਬੈਰ ਵਾਢੇ ਜਿਉਂ ਜਿਉਂ ਵੱਜਦੇ ਨੇ ਨਾ ਇੱਕ ਦੂਏ ਦੇ ਘਾਉ ਸਗੋਂ ਗੁੱਸਾ ਵੱਧਦਾ ਉਹਦੇ ਨਾਲ ਜਬ ਬਾਣ ਲੱਗ ਗਏ ਤਵੇ ਰੋਜ਼ ਜਾ ਕੇ ਬੈਰ ਹੋਰ ਵੱਧਦਾ ਗਜੰਗ ਗਾਹ ਬਾਂਧੇ ਗਜੰਗ ਗਾਹ ਬਾਂਧੇ ਗੱਜ ਰਹੇ ਨੇ ਗਾਹ